ਚਲਾ ਹਾਂ ਬਈ ਬਹਾ ਕਿਹੜਾ ਘਰ ਤੂੰ ਇਸ ਕੰਮ ਤੋਂ ਹਟਦਾ ਹੀ ਨਹੀਂ ਤੂੰ ਤੇਰੇ ਮਗਰ ਅੱਜ ਮੈਨੂੰ ਆਪ ਬੰਦਾ ਛੱਡਿਆ ਮੈਂ ਤੇਰਾ ਪਤਾ ਲਵਾਇਆ ਕਿਹੜਾ ਘਰ ਹੈ ਜ਼ਰਾ ਮੈਂ ਬੂਹਾ ਖੜਕਾਣਾ ਭੱਜੀ ਨਾ ਇੱਥੋਂ ਤੂੰ ਇਹ ਕੰਮ ਤੋਂ ਹਟਦਾ ਹੀ ਨਹੀਂ ਆ ਬਾਹਰ ਆਓ ਚੌਧਰੀ ਹੋ ਕੌਣ ਅੱਖਾਂ ਪਾਉਣ ਡਿਆ ਕੌਣ ਆ ਤੈਨੂੰ ਬਾਹਰ ਆਓ ਜ਼ਰਾ ਹੁਣ ਤੂੰ ਇਹ ਹਟੀ ਨਾ ਇਸ ਕੰਮ ਤੋਂ ਬਾਹਰ ਆਓ ਬਾਹਰ ਆਓ ਇਹ ਕੌਣ ਨੂੰ ਸਿਆਂਦੇ ਜੇ ਵਰਜੀ ਸਾਡਾ ਕੀ ਰੋਲਾ ਇਹ ਬੁਰਸ਼ੀ ਇਸ ਕੰਮ ਲਈ ਰੱਖਿਆ ਕੀ ਹੋਇਆ ਸ਼ਰੀਫ ਆਦਮੀ ਆ ਉਹਨੂੰ ਛੱਡਤਾ ਸਹੀ ਆ ਤੂੰ ਪੜਿਆ ਕਰ ਲਈ ਤੈਨੂੰ ਵੀ ਮੈਂ ਦੱਸਣਾ ਇਹ ਚੋਰੀਆਂ ਕਰਦਾ ਅੰਦਰ ਆ ਕੇ ਗੱਲ ਕਰ ਜਿਹੜੀ ਕਰਨੀ ਆ ਯਾਰ ਅੰਦਰ ਆ ਕੇ ਗੱਲ ਕਰ ਚੱਲ ਵੀ ਅੰਦਰ ਕੌਣ ਆ ਛਾਤਾ ਵਾ ਤੇ ਨਾਲ ਬੰਦਾ ਇੱਕ ਕਹਿੰਦਾ ਕੀ ਗੱਲ ਹੈ ਇਤਰਾ ਹਜ਼ਰਾ ਓਏ ਹੈਲੋ ਛੱਡ ਓ ਯਾਰ ਛੱਡਾ ਇਹਨੂੰ ਓਏ ਇਹਨੂੰ ਛੱਡ ਗੱਲ ਗੱਲ ਹੀ ਨਹੀਂ ਕਰਨੀ ਮੂੰਹ ਨਾ ਕਰ ਛੱਡ ਇਹਨੂੰ ਮੂੰਹ ਵਾਲੀ ਗੱਲ ਕਰ ਓਏ ਇੱਥੋਂ ਛੱਡ ਇਹਨੂੰ ਇਹ ਚੋਰ ਹੈਗਾ ਪਾਗਲ ਜ਼ਮਾਨੇ ਦਾ ਬੰਦਾ ਤੂੰ ਇੱਥੇ ਬਹਿ ਯਾਰ ਪਾਗਲ ਤੁਸੀਂ ਲੱਗਦੇ ਜੇ ਮੈਨੂੰ ਇੱਥੇ ਆ ਇੱਥੇ ਬਹਿ ਕੇ ਜਿਹੜੀ ਗੱਲ ਕਰਨੀ ਮੂੰਹ ਨਾ ਕਰ ਉਹ ਉੱਤੇ ਬਹਿ ਜਾ ਉੱਤੇ ਬਹਿ ਜਾ ਕੋਈ ਨਹੀਂ ਉੱਥੇ ਉੱਤੇ ਬਹਿ ਜਾ ਉੱਤੇ ਬਹਿ ਆਏ ਦੀ ਕੀ ਜ਼ਰੂਰਤ ਹੈ ਯਾਰ ਚੋਰ ਹੈਗਾ ਕੱਲ ਉੱਤੇ ਪਾਉਣਾ ਉਹ ਸਾਡੇ ਨਾਲ ਬਹਿ ਕੇ ਰੋਟੀ ਖਾਂਦਾ ਯਾਰ ਤੂੰ ਚੋਰ ਕਹੀ ਜਾ ਸਮਝ ਨਹੀਂ ਆਦੀ ਤੁਸੀਂ ਚੋਰਾਂ ਦੀ ਵੀ ਰਿਸਪੈਕਟ ਕਰਦੇ ਹੋ ਉੱਤੇ ਬਹਿ ਜਾ ਉੱਤੇ ਬਹਿ ਜਾ ਯਾਰ ਇੱਥੇ ਜਿਹੜੀ ਗੱਲ ਕਰਨੀ ਬਹਿ ਕਰ ਯਾਰ ਬਹਿ ਕੇ ਨਹੀਂ ਮੈਂ ਹੁਣੇ ਮੈਂ ਫੋਨ ਕਰ ਦੇਣਾ 15 ਤੇ ਮੈਂ ਤੁਹਾਨੂੰ ਅੰਦਰ ਕਰਾ ਦੇਣਾ ਚੱਲ ਉਹ ਵੀ ਕਰਕੇ ਵੇਖ ਲੈ ਉੱਤੇ ਬਹਿ ਉੱਤੇ ਬਹਿ ਹਟਣਾ ਨਹੀਂ ਅੱਗੇ ਉੱਤੇ ਬਹਿ ਯਾਰ ਸਾਡੇ ਉੱਤੇ ਬਹਿ ਯਾਰ ਆਪਣੀ ਬਕਵਾਸ ਜਰਾ ਨਾਰਮਲ ਰੱਖ ਤੂੰ ਨਾਰਮਲ ਹੀ ਰੱਖਾ ਚੋਰ ਹੈ ਇਨਸਾਨ ਕੀਤਾ ਉਹ ਭਾਈ ਤੇਰੇ ਜਿਹੜਾ ਵੀ ਰੌਲਾ ਇੱਥੇ ਬਹਿ ਕੇ ਮਕਾ ਉਹਨੂੰ ਕਾਲੀ ਥੱਲੇ ਭਾਈ ਜਾਂਦਾ ਸੀ ਨਾਲ ਭਾ ਕੇ ਰੋਟੀ ਖਵਾਈ ਦੀ ਉਹਨੂੰ ਯਾਰ ਸਾਡੇ ਘਰ ਦਾ ਜੀ ਯਾਰ ਰੋਟੀ ਖਵਾਉਂਦੇ ਜੇ ਇੰਦੇ ਆਤਾਂ ਦਾ ਹੀ ਪਤਾ ਕਰੋ ਕਰਦਾ ਕਿ ਫਿਰ ਦਾ ਬਾਹਰ ਓਏ ਆਤਾਂ ਇੱਥੇ ਗੁੱਟ ਛੱਡ ਇੱਥੇ ਬਹਿ ਗੱਲ ਕਰ ਇੱਥੇ ਬਹਿ ਮੇਰਾ ਭਰਾ ਬਹਿ ਕੇ ਗੱਲ ਕਰ ਜਿਹੜੀ ਕਰਨੀ ਆ ਇਹ ਸਾਡਾ ਖਾਣਾ ਬਣਾਉਂਦਾ ਵਾ ਤੂੰ ਇੱਥੇ ਕਿੱਦਾਂ ਮਸੂਮ ਬਣ ਕੇ ਬੈਠਾ ਹੋਇਆ ਓ ਯਾਰ ਇੱਥੇ ਬਹਿ ਗੱਲ ਕਰ ਜਿਹੜੀ ਵੀ ਕਰਨੀ ਬਹਿ ਕੇ ਗੱਲ ਕਰ ਭਾਜੀ ਇੱਥੇ ਬੈਠੋ ਤੁਸੀਂ ਬਹਿ ਛੱਡ ਬਹਿ ਜਾ ਯਾਰ ਬਹਿ ਜਾ ਬਹਿ ਮੈਨੂੰ ਤੈਨੂੰ ਵਾਲੇ ਵੇਖ ਕੇ ਯਾਰ ਕਹਿ ਰਾਂ ਡਿਆ ਯਾਰ ਤੁਸੀਂ ਫੇਰ ਉਹਨੂੰ ਕੁਰਸੀ ਤੇ ਬਾਂਡ ਹੈ ਜੇ ਕਿੱਡੀ ਉਹਨੂੰ ਇੱਜ਼ਤ ਦੇਣ ਡਿਆ ਜੇ ਉਹਨੂੰ ਪੁੱਛਦੇ ਨਹੀਂ ਬੈਬੀ ਤੂੰ ਕੀਤਾ ਕੀ ਏ ਸਾਡੇ ਕੋ 7 ਸਾਲ ਹੋ ਗਏ 7-8 ਸਾਲ ਸਾਡੇ ਕੋ ਬਵਰਚੀ ਕੰਮ ਕਰਦਾ ਪਿਆ ਵਾ ਸਾਡੇ ਕੋ ਤੇ ਕਦੇ ਕੋਈ ਰੋਲਾ ਨਹੀਂ ਬਣਿਆ ਤੇਰਾ ਕੀ ਰੋਲਾ ਬਹਿ ਕੇ ਗੱਲ ਕਰ ਤੁਹਾਡੇ ਘਰੋਂ ਕੋਈ ਸ਼ਾਇਕ ਵਿੱਚ ਆਈ ਤੀ ਅੱਜ ਤੱਕ ਨਹੀਂ ਹੋਇਆ ਕਦੇ ਕੋਈ ਰੋਲਾ ਹੋਇਆ ਉਹਨੂੰ ਪਤਾ ਮੈਂ ਇੱਥੇ ਰਹਿਣਾ ਉਹ ਇੱਥੇ ਇਹ ਕੰਮ ਨਹੀਂ ਪਾਉਂਦਾ ਇਹ ਬਾਹਰ ਲੋਕਾਂ ਨਾਲ ਕੰਮ ਪਾਉਂਦਾ ਉਹ ਬਹਿ ਗਿਆ ਯਾਰ ਭੈੜੀਆਂ ਜਨਾਨੀਆਂ ਅੰਗਰ ਐਂ ਛਿੱਬੀਆਂ ਦੇ ਜੇ ਨਾ ਬਹਿ ਗਿਆ ਬਹਿ ਗਿਆ ਯਾਰ ਮੈਂ ਕੀ ਬਵਾ ਮੇਰਾ ਨੁਕਸਾਨ ਹੋ ਗਿਆ ਫਿਰ ਵੀ ਤੁਸੀਂ ਕਹਿੰਦੇ ਬਹਿ ਜੇ ਤੂੰ ਬਹਿ ਕੇ ਤੇ ਗੱਲ ਕਰ ਤੈਨੂੰ ਕੀ ਸਜ਼ਾ ਦਿੱਤੀ ਹੈ ਸਜ਼ਾ ਦਿੱਤੀ ਹੈ ਚੋਰ ਜਾਂ ਬੰਦੇ ਤੁਸੀਂ ਕੰਮਾਂ ਤੇ ਰੱਖੇ ਤੁਹਾਨੂੰ ਕੋਈ ਸ਼ਰੀਫ ਭਲਾ ਮਾਨਸ ਬੰਦਾ ਨਹੀਂ ਲੱਭਦਾ ਉਹ ਭਲਾ ਮਾਨਸ ਬੰਦਾ ਸਾਡੇ ਕੋਲ ਇੰਨੇ ਸਾਲਾਂ ਤੋਂ ਕੰਮ ਕਰਨ ਦੇ ਅੱਜ ਤੱਕ ਨਹੀਂ ਕਦੇ ਕੋਈ ਰੋਲਾ ਬਣਿਆ ਉਹਦਾ ਉਹ ਭਾਜੀ 2 ਮਹੀਨੇ ਹੋ ਗਏ ਮੇਰਾ ਨੁਕਸਾਨ ਕੀਤਾ ਇਸ ਬੰਦੇ ਨੇ ਉਹ ਮੂੰਹ ਤੇ ਸਾਡੇ ਵਾਲ ਕਰ ਗੱਲ ਪੰਪ ਨਾ ਕਰਨ ਲੈ ਆ ਤੂੰ ਕਿਤੇ ਮੂੰਹ ਤੇਰੇ ਵੱਲੇ ਕਰਨ ਦਾ ਫਾਇਦਾ ਨਹੀਂ ਤੂੰ ਹੈ ਮੁਕਰਦਾ ਪਿਆ ਇਸ ਗੱਲ ਤੋਂ ਤੂੰ ਇਹਦੀ ਗਵਾਹੀ ਨੇਕੀ ਦੀ ਗਵਾਹੀ ਦੇਣ ਦੇ ਚੋਰ ਬੰਦੇ ਦੀ ਤੂੰ ਅੱਛਾ ਜ਼ਰਾ ਆਪਣਾ ਨਾ ਲੈ ਜਾ ਥੱਲੇ ਰੱਖ ਤੂੰ ਅਜੇ ਸਾਡਾ ਵਾਕਿਫ ਨਹੀਂਗਾ ਇਹ ਬੰਦਾ ਸਾਡੇ ਕੋਲ ਕੰਮ ਕਰਦਾ ਇਹ 7-8 ਸਾਲਾਂ ਤੋਂ ਸਾਡੇ ਕੋਲ ਆ ਇਹਦੀ ਅਸੀਂ ਕਸਮ ਦੇਣ ਨੂੰ ਤਿਆਰ ਆ ਕਿ ਮਾੜਾ ਕੰਮ ਨਹੀਂ ਕਰਦਾ ਕਦੇ ਵੀ ਸਮਝ ਲੱਗੀ ਆ ਕਿ ਨਹੀਂ ਉਹ ਭਾਜੀ ਇਹਨੂੰ ਮੈਂ ਤੁਹਾਨੂੰ ਕੀ ਵਹਾਵਾਂ ਮੈਨੂੰ ਮੁੱਦਾ ਹੀ ਗਾਇਬ ਕਰ ਦਿੱਤਾ ਇਹਨੇ ਮੇਰਾ ਖੋਤਾ ਚੋਰੀ ਕੀਤਾ 2 ਮਹੀਨੇ ਉਸ ਗੱਲ ਨੂੰ ਮੈਂ ਮੱਝਾਂ ਦੇ ਪੱਠੇ ਡੱਗੇ ਵਾਸਤੇ ਖੋਤਾ ਰੱਖਿਆ ਸੀ ਤਾਂ ਰੇੜੀ ਬਣਾਈ ਸੀ ਹੁਣ ਮੈਂ ਮੋਢੇ ਤੇ ਚੁੱਕ ਚੁੱਕ ਲਿਆਉਣਾ ਵਾ ਉਹ ਮੈਨੂੰ ਪਤਾ ਬਾਅਦ ਚ ਲੱਗਾ ਮੈਂ ਤਾਂ ਕਿਸੇ ਬੇਲੀ ਨੇ ਮੈਨੂੰ ਵੇਖਿਆ ਵੀ ਉਹਨੂੰ ਕਿਹਾ ਵੀ ਆਹ ਜਿਹੜਾ ਮੁੰਡਾ ਨਾ ਇਹਨਾਂ ਦਾ ਡੇਰੇ ਵਾਲਿਆਂ ਦਾ ਇਹ ਖੋਤਾ ਚੋਰੀ ਕਰਕੇ ਲੱਗਿਆ ਵਾ ਕਿੰਨੀ ਦੇਰ ਹੋ ਗਈ ਖੋਤਾ ਚੋਰੀ ਹੋਏ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਤੇ ਤੈਨੂੰ ਅੱਜ ਇਹ ਪਤਾ ਲੱਗਾ ਕਿ ਖੋਤਾ ਇਹਨੇ ਚੋਰੀ ਕਰ ਬਚ ਗਿਆ ਮੈਂ ਤਾਂ ਦੂਜਾ ਮੋਢਾ ਵੀ ਭੰਨ ਦੇਣਾ ਸੀ ਮਾਰ ਮਾਰ ਉੱਥੇ ਬਾਲੇ ਅੱਛਾ ਤੇ ਕੀ ਰੋਲਾ ਯਾਰ ਆ ਕੀ ਕਹਿੰਦੇ ਆ ਬੰਦਾ ਖੋਤਾ ਚੋਰੀ ਹੋਇਆ ਇਹਦਾ ਤੂੰ ਕੀਤਾ ਹੈ ਲਓ ਹੁਣ ਕਿੱਧਰ ਗਈ ਜੀ ਤੁਹਾਡੀ ਮਨਸਫੀ ਦੱਸੋ ਤੈਨੂੰ ਚੋਰੀ ਦੀ ਕਿਹੜੀ ਲੋੜ ਸੀ ਤੈਨੂੰ ਕਿਹੜੀ ਸ਼ਾਇਦ ਦੀ ਕਮੀ ਰੱਖੀ ਦੀ ਹੈ ਯਾਰ ਹੈ ਕੋਈ ਜੁੱਤੀ ਮੰਗੇ ਕਪੜਾ ਮੰਗੇ ਤੈਨੂੰ ਮਿਲਦਾ ਨਹੀਂ ਤੂੰ ਕਾਹਦੇ ਲਈ ਕਿਹੜੀ ਗੱਲੋਂ ਖੋਤਾ ਚੋਰੀ ਕੀਤਾ ਦੇ ਇਹਦਾ ਖੋਤਾ ਵਾਪਸ ਕਿੱਥੇ ਹੈ ਕਿੱਥੇ ਖੋਤਾ ਦੱਸੋ ਭਾਜੀ 2 ਮਹੀਨੇ ਹੋ ਗਏ ਖੋਤਾ ਕਿੱਥੇ ਆ ਉਹ ਕੋਈ ਰੋਲ ਨਹੀਂ ਯਾਰ ਕਿਤੇ ਮਾੜੇ ਬੰਦੇ ਨੂੰ ਕਿਤੇ ਲੋੜ ਤੋੜ ਪੈ ਜਾਂਦੀ ਹੈ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੂੰ ਉਹਨੂੰ ਉਹਨਾਂ ਜ਼ਿਆਦੀ ਕਰੇ ਗੱਲ ਇਹ ਨਹੀਂ ਹੈ ਇਹਦਾ ਇਹ ਕੰਮ ਕਰਨ ਦੇ ਵਿੱਚ ਬਦਨਾਮੀ ਇਹਦੀ ਨਹੀਂ ਬਦਨਾਮੀ ਸਾਡੀ ਆ ਆ ਭਾਜੀ ਸਮਝ ਲੱਗੀ ਆ ਕਿ ਨਹੀਂ ਗੱਲ ਤਾਂ ਸਹੀ ਹੈ ਦੇ ਯਾਰ ਇਹਦਾ ਖੋਤਾ ਕਿੱਥੇ ਆ ਉਹਦਾ ਖੋਤਾ ਦੇ ਕਿੱਥੇ ਆ ਨਾ ਮਾਮਾ ਮਨੋਵਰ ਤੋ ਕਿੱਥੇ ਖੋਤਾ ਉਹਦਾ ਦੇ ਯਾਰ ਦੱਸ ਦਫਾ ਕਰ ਇਸ ਬੰਦੇ ਨੂੰ ਯਾਰ ਤੈਨੂੰ ਕੀ ਲੋੜ ਪਈ ਸੀ ਤੈਨੂੰ ਫਜ਼ੂਲ ਦਾ ਐਵੇਂ ਹੀ ਇਹੋ ਜਿਹਾ ਭਾਰ ਰਿਹਾ ਨਹੀਂ ਤੈਨੂੰ ਕਿਹੜੀ ਲੋੜ ਪਈ ਸੀ ਤੈਨੂੰ ਮੈਂ ਉਦੋਂ ਤੂੰ ਮੈਨੂੰ ਕਿਹਾ ਜੀ ਪਿੰਡ ਨਾ ਪੈਸੇ ਪਹੁੰਚਾਉਣੇ ਆ ਤੇਰੀ ਤਨਖਾਹ ਤੋਂ ਲਾਵਾ ਤੈਨੂੰ ਵੱਧ ਪੈਸੇ ਦਿੱਤੇ 50,000 ਰੁਪਈਆ ਤੂੰ ਪਿੰਡ ਪਹੁੰਚਾਇਆ ਤੇ ਤੈਨੂੰ ਆ ਮਾੜਾ ਜਿਹਾ ਕੰਮ ਕਰਨ ਦੀ ਕਿਹੜੀ ਲੋੜ ਸੀ ਜੇ ਤੈਨੂੰ ਕਿਸੇ ਲੋੜ ਸ਼ਾਇਦ ਦੀ ਲੋੜ ਸੀ ਤੂੰ ਮੈਨੂੰ ਦੱਸ ਮੈਂ ਨਹੀਂ ਹੈ ਇਹਨੂੰ ਦੱਸ ਅਸੀਂ ਦੋਵੇਂ ਘਰ ਨਹੀਂ ਤੇ ਤੂੰ ਉੱਧਰ ਜਾ ਕੇ ਘਰਦਿਆਂ ਨੂੰ ਕਹਿ ਦੇ ਕਿ ਬਾਜੀ ਮੈਨੂੰ ਪੈਸੇ ਇੰਨੇ ਚਾਹੀਦੇ ਆ ਭਾਜੀ ਕੀ ਨਾਂ ਕੀ ਆਪਣਾ ਮੈਨੂੰ ਨਾਂ ਦੱਸੋ ਆਪਣਾ ਮੈਨੂੰ ਕੀ ਹੈ ਤੁਹਾਡਾ ਉਹ ਨਾਂ ਤੇ ਮੇਰਾ ਤਕੜਾ ਹੀ ਆ ਵੈਸੇ ਪਿਆਰ ਨਾਲ ਜ਼ਰਾ ਮੱਖੀ ਕਹੀਦਾ ਯਾਰ
ਭਾਈ ਮੱਖੀ ਤੁਹਾਡਾ ਭਾਈ ਹੈ ਛੋਟਾ ਛੋਟਾ ਭਾਈ ਛੋਟਾ ਹੈ ਭਾਈ ਇਹ ਸਿਆਣੇ ਦੀ ਮਿਸਾਲ ਸੁਣੀ ਹੈ ਕਿ ਕੁੱਤੇ ਦੀ ਪੂਛਲ 100 ਸਾਲ ਬਾਅਦ ਵੀ ਮੰਜਲੀ ਚੁੱਕਣ ਲੋ ਵਿੰਗੀ ਦੀ ਵਿੰਗੀ ਰਹਿਣੀ ਹੈ ਤੁਸੀਂ ਇਹਦੇ 50,000 ਘਲਾਇਆ ਨਾ ਘਰੇ ਪਿੰਡ ਖਰਚਾ ਇਹਦੇ ਪਿੱਛੇ ਭਲਾ ਕੀਤਾ ਵਾ ਤੁਸੀਂ ਲੱਖ ਵੀ ਘਲਾ ਦਿੰਦੇ ਇਹਨੂੰ ਜਿਹੜੀਆਂ ਆਦਤਾਂ ਪਈਆਂ ਹੋਈਆਂ ਨਾ ਚੋਰੀ ਦੀਆਂ ਉਹ ਨਹੀਂ ਜੇ ਜਾਣੀਆਂ ਉਹ ਖੋਤਾ ਹੀ ਤੇਰਾ ਚੋਰੀ ਕਰ ਰਿਹਾ ਜਾਂ ਛੋਟਾ ਮੁੰਡਾ ਚੁੱਕ ਲਿਆ ਯਾਰ ਕਿਹੜੀ ਗੱਲ ਤੇਰਾ ਖੋਤਾ ਹੁਣੇ ਵਾਪਸ ਦੱਸ ਦਿੰਦਾ ਉਹਨੇ ਕਿਤੇ ਬੰਨੇ ਹੋਣਾ ਕਿਹੜੀਆਂ ਸ਼ੈਵਾਂ ਇਹਨੇ ਚੱਕੀਆਂ ਜਿਹੜੀ ਤੂੰ ਐਡੀ ਵੱਡੀ ਗੱਲ ਕੀਤੀ ਆ ਉਹ ਭਾਜੀ ਮੇਰਾ ਤਾਂ ਖੋਤਾ ਚੋਰੀ ਹੋਇਆ ਮੇਰੇ ਤਾਂ ਇੱਕ ਚੋਰੀ ਸਾਹਮਣੇ ਆਈ ਇਹ ਹੌਲੀ ਹੌਲੀ ਵੇਖਿਆ ਜੇ ਇਹਨੇ ਮਗਰ ਜਿਵੇਂ ਜਿਵੇਂ ਰਾਜ਼ ਖੁੱਲਣਗੇ ਨਾ ਪਤਾ ਤੁਹਾਨੂੰ ਆਪੇ ਲੱਗ ਜਾਏਗਾ ਉਹ ਚੱਲ ਚੁੱਪ ਕਰ ਤੇਰਾ ਕਰਾ ਦਿੰਦੇ ਮਸਲਾ ਛੱਤ ਦੇ ਯਾਰ ਉਹਦਾ ਛੱਤ ਤੂੰ ਕਿਉਂ ਇਹਦਾ ਖੋਤਾ ਖੋਲਿਆ ਵੀ ਕਿੱਥੇ ਆ ਖੋਤਾ ਘਰ ਬੰਨੇ ਕਿੱਥੇ ਆ ਗੋਸ਼ਤ ਕੀ ਗੋਸ਼ਤ ਗੋਸ਼ਤ ਦੀ ਕੀ ਲੋੜ ਪੈ ਗਈ ਹੁਣ ਤੈਨੂੰ ਰੋਟੀ ਰੋਟੀ ਖਾਣੀ ਨਹੀਂ ਹਾਂ ਤੁਸੀਂ ਮਗਾਉਂਦੇ ਸੀ ਨਾ ਗੋਸ਼ਤ ਆ ਘਰ ਵਾਸਤੇ ਪਕਾਉਂਦੇ ਆ ਬੱਕਰਾ ਤੇਰੇ ਕੋਲ ਮਗਾਉਂਦੇ ਆ 2-3 ਹਜ਼ਾਰ ਦਾ ਹਾਂ ਆਹੋ ਤੇ ਉਸ ਤੇ ਮਗਾਈਦਾ ਤੇ ਤੂੰ ਹੀ ਲਿਆਉਣਾ ਹੁੰਦਾ ਬਾਜ਼ਾਰ ਸੌਦਾ ਸਾਰਾ ਤੂੰ ਹੀ ਲਿਆਉਣਾ ਮੈਂ ਫੇਰ ਇੱਕ ਬੰਦੇ ਮੁੰਡੇ ਨਾਲ ਰਲ ਕੇ ਨਾ ਹਾਂ ਇਹਨਾਂ ਦਾ ਖੋਤਾ ਖੋਲ ਕੇ ਫਿਰ ਉਹ ਫ੍ਰਿਜ ਰੱਖ ਲਿਆ ਇਹਦਾ ਕੀ ਮਤਲਬ ਉਹ ਜਾਨੋ ਹੀ ਮਾਰਤਾ ਖੋਤਾ ਓਏ ਜ਼ਾਲਮ ਇਨਸਾਨ ਖੋਤਾ ਮਾਰ ਹੀ ਦਿੱਤਾ ਈ ਓਏ ਮੇਰੇ ਅੱਲਾ ਓਏ 1 ਮਿੰਟ ਖਲੋ ਜਾ ਯਾਰ ਤੂੰ ਹੌਸਲਾ ਤਾਂ ਕਰ ਜਦੋਂ ਆ ਗਏ ਆ ਤਾਂ ਫਿਰ ਸਾਡੇ ਤੇ ਕੋਈ ਗੱਲ ਸਿੱਟ ਨਾ ਥੋੜੀ ਜੀ ਖੋਤਾ ਮਾਰਦਾ ਕਿ ਤੇਰੇ ਤੋਂ ਮੈਂ ਕੀ ਸਿੱਟਾਂ ਤੁਸੀਂ ਮਰਾ ਖੋਤਾ ਜੀਣਾ ਕਰ ਲੋਗੇ ਉਸ ਉਹਦੀ ਗੱਲ ਤਾਂ ਪੂਰੀ ਹੋਣ ਦੇ ਨਾ ਯਾਰ ਕੀ ਰੌਲਾ ਅੱਛਾ ਖੋਤਾ ਕਿੱਥੇ ਆ ਕਿੱਥੇ ਆ ਫਿਰ ਉਹ ਫ੍ਰਿਜ ਰੱਖ ਲਿਆ ਮਾਰ ਕੇ ਖੋਤਾ ਤੇ ਫਿਰ ਜਿਹੜੇ ਤੁਸੀਂ ਮੈਨੂੰ ਪੈਸੇ ਦਿੰਦੇ ਸੀ ਨਾ ਕਿ ਆ 2 ਕਿਲੋ ਗੋਸ਼ਤ ਲੈ ਆ ਚਾਂਪ ਦਾ ਮਟਨ ਦਾ ਹਾਂ ਫਿਰ ਜਿਹੜਾ ਜਿਹੜਾ ਤੁਸੀਂ ਕਹਿੰਦੇ ਸੀ ਮੈਂ ਫਿਰ ਉਹੀ ਉਹੀ ਓਏ ਹੋਏ ਗੋਸ਼ਤ ਖੋਤੇ ਦਾ ਲਿਆ ਕੇ ਦੇਣਾ ਸੀ ਲਓ ਹੁਣ ਦੱਸੋ ਹੁਣ ਫੂਫੂ ਕਿਉਂ ਕਰਨ ਡਿਆ ਜੇ ਨਾ ਤੁਹਾਨੂੰ ਅਕਲ ਨਾ ਮੌਤ ਐਡੇ ਅਮੀਰ ਹੋ ਗਿਆ ਜੇ ਉਹ ਭਾਜੀ ਇਹਨੂੰ ਪੁੱਛ ਇਹਨੂੰ ਅਸੀਂ 70 ਸਾਲਾਂ ਦਾ ਮਰਜ਼ੀ ਰੱਖਿਆ ਇਹ ਕਿਹੜਾ ਗੋਸ਼ਤ ਲਿਆ ਕੇ ਖਵਾਉਂਦਾ ਰਿਹਾ ਸਾਨੂੰ ਤੂੰ 2 ਮਹੀਨੇ ਸਾਨੂੰ ਖੋਤਾ ਖਵਾਉਂਦਾ ਰਿਹਾ ਮੈਂ ਵੀ ਛੋਟੇ ਕਹਾਂ ਮੈਂ ਜਦੋਂ ਸਵੇਰ ਨੂੰ ਵਾਕ ਤੇ ਨਿਕਲਦਾ ਤੇ ਮੇਰਾ ਦਿਲ ਕਰਦਾ ਮੈਂ ਪੈਰ ਨਾ ਵਾਕਾਂ ਨਾ ਕਰਾਂ ਮੈਂ ਮੂੰਹ ਥੱਲੇ ਰੱਖ ਕੇ ਵਾਕ ਕਰਾਂ ਮੇਰਾ ਘਾਹ ਖਾਣ ਨੂੰ ਦਿਲ ਕਰਦਾ ਸੀ ਉਹ ਭਾਜੀ ਤੂੰ ਹਾਕ ਗੱਲ ਕਰਨ ਨੇ ਆ ਮੈਨੂੰ ਅੱਜ 10 ਦਿਨ ਹੋ ਗਏ ਡਾਕਟਰ ਕੋ ਜਾਂਦੇ ਮੈਂ ਜਾ ਕੇ ਉਹਨੂੰ ਇੱਕੋ ਮਸਲਾ ਦੱਸੀ ਜਾਂਦੇ ਆ ਵੀ ਮੈਨੂੰ ਹਰੇ ਰੰਗ ਦੇ ਮੋਸ਼ਨ ਲੱਗੇ ਆ ਉਹ ਤੂੰ ਸਾਨੂੰ ਖੋਤਾ ਖਵਾਉਂਦਾ ਰਿਹਾ ਯਾਰ ਉਹ ਤੇਰਾ ਦਿਲ ਨਹੀਂ ਕੰਬਿਆ ਜਦੋਂ ਖੋਤਾ ਜ਼ਿਬਾ ਕੀਤਾ ਉਹ ਦਿਲ ਨਹੀਂ ਕੰਬਿਆ ਤੂੰ ਖਲੋ ਜਾ ਯਾਰ ਤੂੰ ਉਹਨੇ ਸਾਡੇ ਨਾਲ ਜੋ ਕੀਤੀ ਤੂੰ ਉਹ ਤਾਂ ਵੇਖ ਲੈ 1 ਮਿੰਟ ਮੈਂ ਵੀ ਕਹਾਂ 2 ਮਹੀਨੇ ਹੋ ਗਏ ਆ ਤੇਰੀ ਭਰਜਾਈ ਲਹਿਦਾ ਮੰਜਾ ਡਾ ਕੇ ਕੋਈ ਪੈਂਦੀ ਆ ਮੈਂ ਉਹਨੂੰ ਕਿਹਾ ਬੱਚਿਆਂ ਦੇ ਨਾਲ ਤੂੰ ਕਿਉਂ ਨਹੀਂ ਪੈਂਦੀ ਉਹ ਕਹਿੰਦੀ ਹੁਣ ਤੁਸੀਂ ਪਹਿਲੇ ਵਾਲੇ ਨਹੀਂ ਰਹਿ ਮੈਂ ਕੀ ਹੋਇਆ ਕਹਿੰਦੀ ਅੱਗੇ ਤੁਸੀਂ ਖਰਾਟੇ ਮਾਰਦੇ ਸੀ ਅੱਜ ਕੱਲ੍ਹ ਤੁਸੀਂ ਮਾਰਦੇ ਆ ਆ ਆ ਆ ਹੈ ਉਹ ਤੈਨੂੰ ਤੇਰਾ ਤੈਨੂੰ ਖੁਦਾ ਦਾ ਖੌਫ ਨਹੀਂ ਆਇਆ ਇਹ ਕੰਮ ਕਰਦੇ ਆ ਉਹ ਤੈਨੂੰ ਅਸੀਂ ਗੋਸ਼ ਦੇ ਪੈਸੇ ਦਿੱਤੇ ਰਹੇ ਆ ਵੀ ਬੱਕਰੇ ਦਾ ਲਿਆ ਕੇ ਖਵਾ ਤੂੰ ਖੋਤੇ ਦੇ ਆ ਪੁੱਤਰਾ ਤੂੰ ਸਾਨੂੰ ਖੋਤੇ ਦਾ ਗੋਸ਼ ਖਵਾਉਂਦਾ ਰਿਹਾ ਮੇਰੀ ਬੁੱਢੀ ਕੀ ਕਰਨ ਦਈ ਆ ਆ ਮੈਂ ਜਦੋਂ ਲੱਗ ਜਾਂਦਾ ਮੈਂ ਪਰੇ ਹੋ ਕੇ ਖਲੋ ਜਾਂਦੀ ਕਿਉਂ ਉਹ ਕਹਿੰਦੀ ਮੈਨੂੰ ਡਰ ਲੱਗਦਾ ਤੁਸੀਂ ਦਲੱਤੀ ਮਾਰ ਦੇਣੀ ਮੇਰੇ ਇਹਨੂੰ ਖੁਦਾ ਦਾ ਖੌਫ ਕਿੱਥੋਂ ਆਉਣਾ ਸੀ ਜਦੋਂ ਇਹਨੂੰ ਪੈਸਾ ਹੀ ਇੰਨਾ ਆਉਣ ਡਿਆ ਸੀ ਮੈਨੂੰ ਹੁਣ ਇਹਦੀਆਂ ਗੱਲਾਂ ਯਾਦ ਆਉਣ ਡੀਆਂ ਜਿਹੜਾ ਪਿਛਲੇ ਮਹੀਨੇ ਭਰਜਾਈ ਤੇਰੀ ਨੇ ਸਮਾਨ ਨਕਰਾਣੀ ਨੂੰ ਚੁਕਾਇਆ ਹਾਂ ਮੈਂ ਕੋਲ ਖਲੋਤਾ ਸੀ ਮੈਂ ਜਦੋਂ ਕਹਿਣ ਨਹੀਂ ਆ ਵੀ ਚੁਕਾ ਦੇ ਆ ਵੀ ਚੁਕਾ ਦੇ ਉਦੋਂ ਮੇਰਾ ਦਿਲ ਇਹ ਕਰਨ ਡਿਆ ਸੀ ਕਿ ਸਾਰਾ ਸਮਾਨ ਮੇਰੇ ਤੇ ਲੱਦਣ ਹੈ ਓਏ ਆ ਜਿੱਦਣ ਆ ਛੋਟੇ ਯੂਬ ਦੇ ਆਏ ਆ ਸਹੁਰੇ ਤੈਨੂੰ ਮੈਂ ਕਿਹਾ ਸੀ ਵੀ 10 ਬੰਦਿਆਂ ਦੀ ਰੋਟੀ ਬਣਾ ਲਈ ਉਦੋਂ ਵੀ ਤੂੰ 2-3 ਗੋਸ਼ ਦੀਆਂ ਡਿਸ਼ਾਂ ਬਣਾਈਆਂ ਉਹ ਕਿਹੜਾ ਸੀ ਉਹੀ ਉਹ ਵੀ ਖੋਤੇ ਦਾ ਉਹ ਯੂਬ ਨੇ ਵੀ ਖਾਧਾ ਸੀ ਯਾਰ ਉਹ ਤੇ ਸਹੁਰੇ ਨੇ ਵੀ ਖਾਧਾ ਪਿਛਲੇ ਹਫਤੇ ਉਹਦੀ ਵਾਲਦਾ ਦਾ ਫੋਨ ਆਇਆ ਫਿਰ ਉਹ ਕਹਿੰਦੀ ਪੋਤਾ ਯੂਬ ਅੱਜ ਕੱਲ੍ਹ ਅਜੀਬ ਹਰਕਤਾਂ ਕਰਨ ਡਿਆ ਕੀ ਮੈਂ ਕਿਹਾ ਜੀ ਕੀ ਹੋਇਆ ਕਹਿੰਦੀ ਕੱਲ੍ਹ ਨਾ ਚੌਂਕ ਦੇ ਵਿੱਚੋਂ ਕਿਤੇ ਲੰਘਿਆ ਵਾ ਖੋਤੇ ਦੇ ਵੱਲ ਵੇਖ ਕੇ ਹਿਣਕਿਆ ਤੇ ਇਹਨੇ ਖੋਤੇ ਦੇ ਦਲੱਤੀ ਮਾਰੀ ਖੋਤੇ ਦੇ 2 ਦੰਦ ਕੱਢਦੇ ਆ ਲਓ ਆ ਭਾਈ ਇਹ ਆਪਦਾ ਕੁੱਤਖਾਨਾ ਬੰਦ ਕਰੋ ਤੇ ਮੈਨੂੰ ਦੱਸੋ ਮੈਂ ਹੁਣ ਕਿੱਧਰ ਜਾਵਾਂ ਓਏ ਤੇਰਾ ਕੁੱਤਖਾਨਾ ਵਾ ਸਾਡਾ ਤੂੰ ਆਪਣੀ ਬਕਵਾਸ ਬੰਦ ਕਰ ਤੇ ਮਾਮਾ ਉਹਨੇ ਸਾਨੂੰ ਖੋਤਾ ਖਵਾਤਾ ਤੈਨੂੰ ਇਹ ਨਹੀਂ ਪਰੇਸ਼ਾਨੀ ਕਿ ਇਨਸਾਨ ਨੂੰ ਉਹਨਾਂ ਨੇ ਜਾਨਵਰ ਖਵਾਤਾ ਤੇ ਤੈਨੂੰ ਆਪਣੀ ਪਈ ਆ ਉਹ ਮੁੰਡੇ ਦੇ ਸਹੁਰੇ ਤੱਕ ਖੋਤੇ ਖਵਾਤੇ ਤੂੰ ਕੁੱਤਖਾਨਾ ਕਹਿਣ ਡਿਆ ਇਹ ਕੁੱਤਖਾਨਾ ਹੈ ਸਵੇਰੇ ਕੂੜਾ ਪਾਉਣ ਵਾਲਾ ਹੀ ਕਹਿਣ ਡਿਆ ਮੈਨੂੰ ਕੀ ਕਹਿੰਦਾ ਕੀ ਗੱਲ ਆ ਭਾਜੀ ਮੇਦਾ ਤੁਹਾਡਾ ਠੀਕ ਆ ਮੈਂ ਕੀ ਹੋਇਆ ਉਹ ਕਹਿੰਦਾ ਅੱਜ ਕੱਲ੍ਹ ਤੁਸੀਂ ਗੋਲੇ ਗੋਲੇ ਕਰਨ ਡਿਆ ਇਹ ਆਪਦੀ ਡਾਈ ਖਰਾਬ ਡਾਈ ਖਰਾਬ ਉਹ ਯਾਰ ਮੈਂ ਬਾਜ਼ਾਰੋਂ ਸੌਦਾ ਲੈਣ ਗਿਆ ਵਾਂ ਲਾਗੋ ਰੇੜੀ ਨੰਗੀ ਤੈਨੂੰ ਪਤਾ ਖੋਤਿਆਂ ਦੀ ਆਦਤ ਹੁੰਦੀ ਹਣਕਣਾ ਸ਼ੁਰੂ ਕਰ ਦਿੰਦੇ ਆ ਮੈਂ ਸਮਾਨ ਥੱਲੇ ਰੱਖ ਕੇ ਮੈਨੂੰ ਪਤਾ ਨਹੀਂ ਕਿਉਂ ਲੱਗੇ ਵੀ ਮੈਂ ਵੀ ਸ਼ੁਰੂ ਹੋਵਾਂ
मतलब मेरी अपनी तबीयत होर दी होर हो गई। तेनू तू सानू दो महीने तक खोता खवाने, तू एक बार तेरी जरूरत पई दसन लगे कि यार कोई होश नू हाथ मारा कि मैं इन्हों खोता खवाने। अब जिदन मैं तेन पिछले जुमे किया वा भी आला 2 किलो लैके आ पुट्ठ का गोश्त, तो तू मैनू आके कहा भी अजी पुट्ठ का गोश्त आ, खोते की पुट्ठ कितने होंगी गोश्त की है? जिथे बकरे की होंगी। खोती नसल दे, तू तो चुप कर जा। खोता हुंदा ते ना तेन 2 किलो गोश्त लैन भेजिया कि दुमची लैके आ, दुमची इन कितो लिया? मतलब बकरे की तो इन्नी कु दुमची होंगी है ना, इन्नी कु पूछ होंगी है, तो वह तू 2 किलो कितों लाया? कितों लिया 2 किलो दुमची? एक उस खोते की सी, एक मैं फिर राह जाते खोते की लाई। मैं क्या हूँ मालक तो राजी हो नहीं। लख लाणत आ भी तेरे ते, अपने दे नाल 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 लोगों के भी 2 खोतियां के पिछों गेट ला ले। नहीं चूड़िया वाली पूछा सी उन्होंने दूजा दियाँ ला लिया गेट। तेन शर्म नहीं आई? वह तेरे दिल के चलने का खौफ नहीं आया कि मालक ने मैं खोता खवाने? तेरी भरजाई जो रात को बिस्तरा कर दी है, मेरा दिल करता मैं पुंजे सोवा, मैं परसेटे मारा। लाहौर सारे ने भी तो खाधा ही है, तुम खा लिया तो की हो गया? अच्छा? गलत सी, वह भी गलत सी, तो तू भी गलत कर रहे हैं, तू भी उन्होंने नाल रल गया। लाला मखी यार आपका रौला बाद च नबेड़ लिया, मैनू तो पैसे दो, मैं जाके मझा चोड़िया सिर च मार कोई शायद साढ़े को कहते पैसे मंगा मार जुतियां देनू करा पवा अंदर। समय लगी है कि नहीं? खोता तेरा इन्हें लिया इन्हें ही देना भाई, जेड़ा असी खाधा ना वह तो कितने निकल नुकल गया। वीर मैनू नहीं पता ये ताडा मुलाजम आ, तुसीं इहनू रखिया सी, इहने चोरी कीती, इह पैंदी ताडे ते। अज जिदन 4 दिन पहले मैनू बुखार चढ़े आ, मैं तेनू कहा भी डॉक्टर ने कहा गर्दन का शोरबा पीना जाके, वो 2 किलो जिहड़ा लिया के दिता गर्दन का मैनू, वह तो कह दे बकरे का सी। हाँ हाँ नहीं नहीं तो खोते का सीगा ना। हल हुण दसो इहने जिदन मैनू पहले दिन चांपां खवाइयां ना खोते दीआं, मैं तेरी भरजाई नूं कहा गल सुण भलीए लोके पानी पिया, वह कहिंदी नहीं मैनूं तुहाड़े कोल डर लगता। वो यार पता नहीं नैन नक्शी खोते वाले हो जांदे बंदे दे। ए अपना पाइन गदे ओए होश नूं हाथ मार, ਉਹ ਤੁਹਾਡੇ ਹਿਸਾਬ ਤਾਂ ਵੀ ਗਧਿਆਂ ਵਾਲੇ ਹੋਏ ਪਏ। ਉਹ ਜੂਜ ਮਜੂਜ ਤੁਹਾਡੀ ਅਕਲ ਦੀ ਗੱਲ ਨਹੀਂ ਆਉਂਦੀ। ਇਨਸਾਨ ਬਣ ਦਿਮਾਗ ਸਾਡੇ ਨੂੰ ਲੈ ਜਾ, ਇਹਨੂੰ ਵੇਚ ਦੇ ਜੋ ਮਰਜ਼ੀ ਕਰ, ਕਰਾ ਕੋਈ ਨਹੀਂ ਖੋਤਿਆ ਜਾਂਦੇ ਆ ਬੋਣਿਆਂ ਦਾ ਤੰਦੂਰ ਲੱਗਣ ਦੇ ਅੱਗੇ ਬਕਵਾਸ ਕਰਨ ਦੇ ਸਾਡੇ ਨਾਲ। ਤੇਰੀ ਜੁਰਤ ਕਿਵੇਂ ਪਈ ਤੂੰ ਖੋਤਾ ਬਾਹਰ ਬੰਨੇ ਤੇ ਆ ਖੋਤੇ ਨੇ ਖੋਲਿਆ? ਉਹ ਤੈਨੂੰ ਖੋਤਾ ਅੱਛਾ ਤੁਹਾਡੀ ਹਕੂਮਤ ਇੱਥੇ ਜੋ ਤੁਸੀਂ ਮਰਜ਼ੀ ਕਰੋ, ਤੁਹਾਨੂੰ ਪੁੱਛਣ ਵਾਲਾ ਹੀ ਕੋਈ ਨਹੀਂ। ਖੋਤੇ ਦੀ ਖਾਲ ਕਿਨੇ ਲਾਈ ਸੀ? ਕੋਈ ਨਹੀਂ ਖੋਤੇ ਦੀ ਖਾਲ ਕਿਨੇ ਲਾਈ ਸੀ? ਤੈਨੂੰ ਆਉਂਦਾ ਆਉਂਦੀ ਸੀ ਉਹਦੀ ਖਾਲ ਲਾਉਣੀ ਜ਼ਿਬਾ ਕਰਨਾ? ਦੋਸਤ ਛੁਰੀ ਪੂਛ ਲਓ ਫੇਰੀ ਸੀ ਕਿ ਗਰਦਨ ਨਾਲੋਂ? दोस्त नहीं की थी। दोस्त ओदा कोई एक्स्ट्रा समान भी हुंदा जेड़ा नहीं खाईदा ओ सिड़ता सी भई ओ भई ओदे उत्ते भी असी मैंने बताओ ओ की गल आ तेरी आवाज चल गई खोते दे नाल किते है किड्डा सी खोता? खोता बड़ा सी तुहाडे जिड्डा सी। खोता भी पकड़ सी जिन्नी वारी भी बोटियां खादियां मजी ते मुंह पसे मुंह भाजी ओदी जुबान ता देख खोता भी मेरे वरगा कहंदा तू मिसाल ता सही दे ला तू कहला भी एड़ा केड़ा एड़ा कह दे वरगा कह दे एड़ा खोता ते हुंदा मन्ने आ भाजी ए ते कट्टे वरगा आ खोता दा ओए बौणा खोता ही है भी बौणा समय लगी आ कि नहीं 6 फुट दा जवान। एक मिनट ठहर जा एक मिनट ठहर जा ए जिद्दण आपां आ जुमे वाले दिन रोटी सारे ने इकट्ठे खाधी तू भी खाधी आ तेरे अगे भी सालन आया सी इहदा मतलब तू भी खोता खाधा? इहने खाधा ही नहीं सालन है कहिंदा ए सर बाजी नूं कह दे मेरी तबीयत नहीं ठीक मैनूं डाक्टर ने चौल दस्सियो उदण आप बिरयानी डप्पी मुर्गे दे पट वाली सानूं ही खोता पलाओ खवाता ਤੁਹਾਨੂੰ ਖੋਤਾ ਪਲਾਉ ਸਾਡੇ ਲਈ ਬਣਾਇਆ ਸੀ ਤੁਹਾਨੂੰ ਹੀ ਗੋਸ਼ਤ ਖਾਣ ਦੇ ਚਾਹ ਚੜੇ ਮੈਂ ਤਾਂ ਆਲੂ ਮੂੰਗ ਰਿਆ ਨਾ ਔਰ ਮੈਨੂੰ ਕਿਹਾ ਜਿੱਥੋਂ ਪਹਿਲੇ ਗੋਸ਼ ਲਿਆਂਦਾ ਸੀਗਾ ਤੇ ਜਦੋਂ ਗੋਸ਼ ਲਿਆ ਕੇ ਦਿੰਦਾ ਸੀ ਛਾਪਰ ਨੂੰ ਪਾਣੀ ਲੱਗਾ ਹੁੰਦਾ ਸੀ ਕਹਿੰਦਾ ਮੈਂ ਇੱਕ ਨਵੀਂ ਦੁਕਾਨ ਲੱਭੀ ਉਹ ਡੰਗਰ ਸੁੱਕਾ ਕਰਦੇ ਆ ਦੁਕਾਨ ਦੇ ਸਾਹਮਣੇ ਭਾਈ ਤੁਹਾਡਾ ਉਹ ਜਿਹੜਾ ਉਦੋਂ ਤੂੰ ਮੈਨੂੰ ਮਗਜ਼ ਭੁੰਨ ਕੇ ਦਿੱਤਾ ਉਹ ਕਿੱਥੋਂ ਲਿਆ ਸੀ ਓਏ ਬੱਕਰੇ ਦਾ ਕਹਿ ਦੀ ਓਏ ਹੈ ਉਹ ਮਗਜ਼ ਕਿੱਥੋਂ ਲਿਆਇਆ ਸੀ
ਖੋਤੇ ਦਾ ਸੀ ਭਾਜੀ ਚੁੱਪ ਦਾ ਮਤਲਬ ਹਾਂ ਹੁੰਦੀ ਹੈ ਖੋਤੇ ਦਾ ਮਗਰ ਸੀ ਉਹ ਵੀ ਖੋਤੇ ਦਾ ਮਗਰ ਸੀ ਦੱਸ ਤਈਏ ਤੁਹਾਡੇ ਮਗਰ 'ਚ ਕੋਈ ਗੱਲ ਨਹੀਂ ਆਉਂਦੀ ਜਿਹੜੀ ਗੱਲ ਕਰੀਏ ਤੁਸੀਂ ਭੁੱਲ ਜਾਂਦੇ ਜਿਹੜੀ ਗੱਲ ਕਰੀਏ ਤੁਸੀਂ ਬੰਦਾ ਕਹਿਣ ਦੇ ਮਜਬੂਰ ਇਹਨੂੰ ਲੈ ਜਾ ਭਾਈ ਸਾਡੇ ਵੱਲੋਂ ਮੈਂ ਇਹਦੇ ਨਾਲ ਜੋ ਮਰਜ਼ੀ ਕਰ ਖੋਤਾ ਤੇਰਾ ਇਹਨੇ ਖੋਲਿਆ ਅਸੀਂ ਨਹੀਂ ਖੋਲਿਆ ਹਾਂ ਮੈਂ ਇਹਨੂੰ ਕਿੱਥੇ ਲੈ ਜਾ ਮੈਨੂੰ ਪੈਸੇ ਦਿਓ ਇਹਨੂੰ ਆਪਣੇ ਘਰ ਲੈ ਜਾ ਮੈਂ ਜਾ ਦਿਖਾ ਇੱਥੇ ਚਲੋ ਠੀਕ ਹੈ ਸਾਡੇ ਵੱਲੋਂ ਫਾਰਗ ਨਹੀਂ ਬੈਠ ਬੰਦ ਕਰ ਪੈਸੇ ਕੱਢ ਓਏ ਇੱਥੇ ਬੈ ਬਹਿਨੋਈ ਦਾ ਤੇਰੇ ਦਾ ਘਰ ਹੈ ਇੱਥੇ ਬੈ ਉੱਠੇ ਨਾਲ ਚੱਲ ਕਾਹਦੇ ਪੈਸੇ ਮੰਗਣ ਦੇ ਖੋਤੇ ਆਪਦੇ ਨੂੰ ਪੈਸੇ ਮੰਗਣ ਦੇ ਹੋਰ ਬਤਾ ਇਹਨੂੰ ਜਾ ਕੇ ਤੂੰ ਇਦਾਂ ਕਰ 2 ਮਹੀਨੇ ਨਾ ਹੁਣ ਇਹਨੂੰ ਪਟੇ ਪੁਟੇ ਪਾ ਕੇ ਤਾਂ ਆਪਣੀ ਰੇੜੀ ਅੱਗੇ ਜੋ ਇਹਨੂੰ ਵਾ ਓ ਭਾਈ ਇਹਨੂੰ ਤੁਸੀਂ ਰੱਖੋ ਮੇਰੇ ਕੋਲ ਇਹਦਾ ਨੁਕਸਾਨ ਭਰਿਆ ਨਹੀਂ ਜਾਣਾ ਉਹ ਤੂੰ ਤੈਨੂੰ ਇੱਕ ਵਾਰੀ ਹਜਾ ਨਹੀਂ ਆਈ ਵੀ ਮੈਂ ਖੋਤਾ ਚੋਰੀ ਕਰਕੇ ਉਤੋਂ ਵੱਢ ਕੇ ਜ਼ਿਬਾ ਕਰਕੇ ਮੈਂ ਮਾਲਕਾਂ ਨੂੰ ਕਵਾਉਣੇ ਆ ਨਹੀਂ ਲਓ ਅਗੋਂ ਅਗੋਂ ਹੁੰਦਾ ਹੀ ਇੰਜ ਕਰਨ ਦੇ ਜੇ ਮੈਂ ਪੁੱਛਣ ਦਿਆ ਵੀ ਉਹਨਾਂ ਦੀ ਕੁੜੀ ਨਾਲ ਵਿਆਹ ਕਰਨਾ ਨਹੀਂ ਉਹ ਨਹੀਂ ਪਸੰਦ ਐਦਾਂ ਦੱਸਣ ਦਿਆ ਮੈਨੂੰ ਅਗੋਂ ਮੁਤਮਈਨ ਹੋਇਆ ਉਹਨੂੰ ਕੋਈ ਫਿਕਰ ਨਹੀਂ ਕਿੰਨੇ ਦਾ ਖੋਤਾ ਤੇਰਾ ਵੀ ਉਹਨੇ ਖੋਤਾ ਨਹੀਂ ਮਾਰਿਆ ਉਹਨੇ ਕਾਫ ਮਾਰਿਆ ਉਹ ਕਿੰਨੇ ਦਾ ਖੋਤਾ ਤੇਰਾ ਜਹਾ 60,000 ਦਾ 60,000 ਰੁਪਿਆ ਇਹਦੇ ਕੋਲ ਲੈ ਲਾ ਅਸੀਂ ਕੋਈ ਨਹੀਂ ਦੇਣਾ ਮੈਨੂੰ ਉਹਦੇ ਕੋਲ ਕਿੱਥੋਂ ਮਿਲਣਾ ਜਿੱਦਣ ਮੇਰੀ ਫੀਜ ਜਿੱਦਣ ਖਾਦਾ ਉਹਨਾਂ ਨੇ ਦੇਣਾ ਪੈਸੇ ਇਹ ਗੱਲ ਤਾਂ ਸੁਣ ਬਕਵਾਸ ਆਪਣੀ ਬੰਦ ਕਰ ਲੈ ਮੈਂ ਤੈਨੂੰ ਕਹਿਣ ਦਿਆ ਜਿੱਦਣ ਮੇਰੀ ਫੀਜ ਉਹਨਾਂ ਨਾਲ ਲੜਾਈ ਹੋਈ ਹੈ ਹਾਂ ਹੈ ਮੇਰਾ ਮੂੰਹ ਕੰਧ ਵਾਲੀ ਰਿਹਾ ਮੈਂ ਜੀ ਕੰਧ ਨੂੰ ਫੜ ਕੇ ਤੇ ਐਂ ਜੀ ਪਿੱਛੋਂ ਕਰਦਾ ਰਿਹਾ ਮੈਂ ਕਿਹਾ ਪਤਾ ਨਹੀਂ ਮੈਨੂੰ ਕੀ ਕਸਰ ਹੋ ਗਈ ਹੈ ਭਾਜੀ ਤੁਸੀਂ ਖਾਂਦੇ ਵੀ ਤਾਂ 2 ਪਲੇਟਾਂ ਭਰ ਕੇ ਸੀ ਨਾ ਖੋਤਾ ਪਾਕ ਦੀ ਕਸਮ ਅਸੀਂ ਮੈਂ ਪੈਸੇ ਦੇ ਸਕਦਾ ਪਰ ਮੇਰੇ ਤੇ ਇੱਕ ਬੁੱਟੀ ਵੀ ਹਰਾਮ ਆ ਅਸੀਂ ਖਾਦਾ ਹੀ ਨਹੀਂ ਤਾਂ ਅਸੀਂ ਕਿਉਂ ਉਹ ਪੂਰਾ ਖੋਤਾ ਹੀ ਹਰਾਮ ਸੀ ਓਏ ਚੁੱਪ ਕਰਕੇ ਇੱਥੋਂ ਚੱਲ ਜਾ ਸੀ ਦੋਵਾਂ ਭਰਾਵਾਂ ਨੇ ਖੋਤਾ ਖਾਦਾ ਹੀ ਤਾਂ ਅਸੀਂ ਮਾਰ ਮਾਰ ਦਲੱਤੀਆਂ ਨਾ ਤੇਰੀ ਅਸੀਂ ਚਬਾੜੀਆਂ ਤੋੜ ਦੇਣੀਆਂ ਔਰ ਦਲੱਤੀਆਂ ਦੇ ਨਾਲ ਅਸੀਂ ਹੋਰ ਪਤਾ ਨਹੀਂ ਕੀ ਮਾਰਨਾ ਹੀ ਨਿਕਲ ਇੱਥੋਂ ਜਾ ਨਿਕਲ ਇੱਧਰ ਮਾਰੇ ਇੱਧਰ ਚੱਲ ਮੇਰੇ ਪੈਸੇ ਦੇ ਚੱਲ ਤੂੰ ਵੀ ਨਾਲ ਚੱਲ ਚੱਲ ਇਹਨੂੰ ਨਾਲ ਭੇਜੋ ਚੋਰ ਇਹਨਾਂ ਨੂੰ ਘਰੇ ਰੱਖੋ ਇਹਨੂੰ ਨਾਲ ਲੈ ਜਾ ਮੈਂ ਪੁਲਿਸ ਲੈ ਕੇ ਆਉਣਾ ਮੈਂ ਤੁਹਾਡੇ ਤੇ ਖੋਤਾ ਵੀ ਪਾਵਾਂਗਾ ਪੁਲਿਸ ਲੈ ਕੇ ਆਉਣੀ ਇੱਥੇ ਕੀ ਗੱਲ ਆ ਪੁਲਿਸ ਲੈ ਕੇ ਆਉਣੀ ਬਾਹਰ ਚੱਲ ਬਾਹਰ ਅਣੂ ਆ ਪਰਾ ਰੱਖੋ ਜਗਾ ਰੱਖੋ ਲੈ ਓਏ ਬਾਹਰ ਜਿੰਨਾ ਚੁੱਕਾ ਕੇ ਲੱਖ ਬਾਹਰ 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 ਜਾਣਾ ਕਿ ਮੈਂ ਤੁਹਾਡੇ ਦੋਵਾਂ ਤੇ ਲਿੱਦ ਕਰਾਂ ਮੈਂ ਲਿੱਦ ਕਰ ਦੇਣੀ ਤੁਹਾਡੇ ਦੋਵਾਂ ਤੇ ਮੈਂ ਤੈਨੂੰ ਦੱਸਾਂ ਬਾਹਰ ਚੱਲ ਜਾ ਤੁਸੀਂ ਹਾਲੇ ਦੇਸੀ ਘਿਓ ਚੱਲਾ ਤੇ ਓਏ ਮੈਂ ਤੇਰੇ ਕਿਉਂ ਬਗੈਰ ਐ ਨੂੰ ਮੁੜ ਜਾਣਾ ਹੀ ਮੈਂ ਤੈਨੂੰ ਦੱਸਾਂ ਦਫਾ ਹੋ ਜਾ ਹੁਣ ਇੱਥੇ ਹੀ ਰਿਹਾ ਜੇ ਲੋ ਦਫਾ ਹੋ ਜਾ ਇੱਥੋਂ ਓਏ ਮੇਰੇ ਮਾਲ ਭਾਈਆ ਖੁਰੀਆਂ ਝਾੜੋ ਤੁਹਾਡੀਆਂ ਮਿੱਟੀ ਨਾਲ ਭਰੀਆਂ ਪਈਆਂ ਯਾਰ ਉਹ ਲੱਖ ਦੀ ਲਾਨਤ ਤੇਰੇ ਤੇ ਕਿਹੜੀਆਂ ਖੁਰੀਆਂ ਝਾੜ ਲਵਾਂ ਮੈਂ ਓ ਯਾਰ ਮੇਰੀ ਤਬੀਅਤ ਖੋਤੇ ਵਾਲੀ ਹੋ ਗਈ ਜਦੋਂ ਪਤਾ ਜੀ ਤੁਹਾਨੂੰ ਲੱਗ ਗਿਆ 2 ਮਹੀਨੇ ਤੋਂ ਖੋਤਾ ਖਾਦਾ ਖੋਤਾ ਖਾਦਾ ਚਵਲ ਜ਼ਮਾਨੇ ਦੀ ਮੈਂ ਹੁਣ ਕੀ ਕਰ ਆ ਕੀ ਕਰਨ ਦੇ ਤੁਸੀਂ ਪਤਾ ਨਹੀਂ ਕੀ ਹੋਣ ਡਿਆ ਮੈਨੂੰ ਪੂਛ ਝਾੜੋ ਆਪਣੀ ਪੂਛ ਝਾੜੋ ਉਹ ਕਿਹੜੀ ਪੂਛ ਆਰਾਮ ਦੇ ਆ ਗਈ ਮੇਰੇ ਪਿੱਛੇ ਕਿਹੜੀ ਪੂਛ ਆ ਗਈ ਮੇਰੇ ਪਿੱਛੇ ਚੱਲ ਜਾਓ ਮੈਂ ਤੈਨੂੰ ਕਹਿ ਨਹੀਂ ਆ ਜਾ ਚੱਲ ਜਾ ਮੈਂ ਨਹੀਂ ਖਾਦਾ